ਸੱਚੀ ਗੱਲ ਜੀ ਸਾਰਿਆਂ ਨੂੰ ਸੋਨਦਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਨੰਦਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਇਟਲੀ ਦੀ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਆਇਆ ਤੇ ਜਿਸ ਤਰ੍ਹਾਂ ਕਿ ਲਾਸਟਲੇ ਸਾਨੂੰ ਕੁਝ ਅਪਡੇਟ ਮਿਲ ਰਹੇ ਨੇ ਜਿਹੜੀ ਇਟਲੀ ਦੇ ਵਿੱਚ ਨਵੇਂ ਪੇਪਰ ਖੁੱਲਣੇ ਆ। ਸ਼ਾਇਦ ਜਨਵਰੀ ਫਰਵਰੀ ਦੇ ਵਿੱਚ ਖੁੱਲਣਗੇ। ਕਿਉਂਕਿ ਉਹ ਘੱਟ ਤੋਂ ਘੱਟ 15 ਦਿਨ ਪਹਿਲਾਂ ਸਾਰੇ ਪਾਸੇ ਰੌਲਾ ਪੈ ਜਾਂਦਾ। ਨਿਊਜ਼ ਜਿਹੜੀ ਆਫੀਸ਼ੀਅਲ ਆ ਜਾਂਦੀ ਹੈ। ਅਸ ਟਾਈਮ ਇਟਲੀ ਦੇ ਕੋਲ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਟਲੀ ਦਾ ਬਜਟ ਬਣਾਉਣਾ ਅਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਜੋ ਇਟਲੀ ਦੇ ਵਿੱਚ ਸਮੁੰਦਰ ਰਸਤੇ ਬੰਦਿਆਂਦੇ ਆ ਉਹਨਾਂ ਨੂੰ ਸਾਂਭਣਾ ਕਿਉਂਕਿ ਯੂਰਪ ਵਾਲੇ ਆ ਜਿਹੜੇ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਉਹ ਸਾਰੀਆਂ ਕਹੀ ਜਾ ਰਹੀਆਂ ਕਿ ਅਸੀਂ ਨਹੀਂ ਸਾਂਭ ਸਕਦੇ ਅਸੀਂ ਇਹ ਬੋਝ ਨਹੀਂ ਰੱਖ ਸਕਦੇ ਪਰ ਉਧਰ ਹੀ ਜੇ ਅਸੀਂ ਦੇਖੀ ਇਟਲੀ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਨਵੰਬਰ ਦਾ ਮਹੀਨਾ ਸਟਾਰਟ ਹੋਇਆ ਜੀ 90 ਹਜ਼ਾਰ ਬੰਦਾ ਆ ਗਿਆ ਤਕਰੀਬਨ 10000 ਤੋਂ 7 8 9000 10000 ਜਿਹੜਾ ਸੀਗਾ ਸਾਡੇ ਬੰਦਾ ਹਰ ਮਹੀਨੇ ਇਟਲੀ ਦੇ ਵਿੱਚ ਆ ਰਹੇ ਆ ਉਹ ਕਹਿ ਰਹੇ ਨੇ ਕਿ ਇੰਨਾ ਬੰਦਾ ਅਸੀਂ ਸਾਂਭ ਰਹੇ ਤੁਸੀਂ ਵੀ ਸਾਡੀ ਕੁਝ ਮਦਦ ਕਰੋ ਅਸੀਂ ਇੰਨਾ ਬੰਦਾ ਨਹੀਂ ਸਾਂਭ ਸਕਦੇ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਸਭ ਤੋਂ ਪਹਿਲਾ ਜੋ ਅਪਡੇਟ ਇਹ ਆ ਰਿਹਾ ਕਿ ਇਟਲੀ ਦੇ ਵਿੱਚ ਜੇਕਰ ਤੁਸੀਂ ਬੱਸ ਡਰਾਈਵਰ ਬਣਨਾ ਚਾਹੁੰਦੇ ਆ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਬੱਸ ਦਾ ਤਾਂ ਤੁਸੀਂ ਬਣ ਸਕਦੇ ਆ ਇਟਲੀ ਦੇ ਵਿੱਚ ਜਿਹੜੀ TPL ਵਾਲਿਆਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕੰਪਨੀ ਹੈ ਜੀ ਇਹ ਰੋਮਾ ਦੇ ਵਿੱਚ ਪੈਂਦੀ ਆ TPL ਵਾਲਿਆਂ ਦੀ ਕੰਪਨੀ ਆ ਰੋਮਾ ਦੇ ਵਿੱਚ ਪੈਂਦੀ ਆ ਟਰਾਂਸਪੋਰਟ ਤੋਂ ਪਬਲਿਕ ਨੂੰ ਲੋਕਾਂ ਲਈ ਅਸੀਂ ਕਹਿੰਦੇ ਪਬਲਿਕ ਟ੍ਰਾਂਸ ਲੋਕਲ ਟਰਾਂਸਪੋਰਟ ਦੀ ਇਹ ਤੇ ਇਹਦੇ ਵਿੱਚ ਜੇਕਰ ਤੁਸੀਂ ਆਪਣਾ ਡਰਾਈਵਰ ਬੱਸ ਡਰਾਈਵਰ ਬਣਨਾ ਚਾਹੁੰਦੇ ਆ ਤਾਂ ਤੁਸੀਂ ਬਣ ਸਕਦੇ ਹੋ ਤੁਹਾਡੇ ਕੋਲ ਬੱਸ ਦਾ ਜਿਹੜਾ ਲਾਇਸੈਂਸ ਹੋਣ ਦੀ ਵੀ ਲੋੜ ਨਹੀਂ ਹੈ ਕੋਈ ਚੱਕਰ ਨਹੀਂ ਤੁਸੀਂ ਕਦੇ ਬੱਸ ਜ਼ਿੰਦਗੀ ਦੇ ਵਿੱਚ ਨਹੀਂ ਚਲਾਈ ਕੋਈ ਚੱਕਰ ਨਹੀਂ ਤੁਸੀਂ ਇਸ ਟਾਈਮ ਬੇਲਿਆਂ ਤੁਸੀਂ ਬੇਲਿਆਂ ਤੁਹਾਡੇ ਕੋਲ ਲਾਇਸੈਂਸ ਵੀ ਆ ਤਾਂ ਤੁਸੀਂ ਰੋਮਾਂ ਦੀ ਜਿਹੜੀ ਟੀਪੀਐਲ ਵਾਲੀ ਕੰਪਨੀ ਆ ਉਹਨਾਂ ਦੇ ਨਾਲ ਕੰਟੈਕਟ ਕਰੋ ਉਹ ਤੁਹਾਨੂੰ ਕੰਮ ਤੇ ਵੀ ਰੱਖਣਗੇ ਤੁਹਾਨੂੰ ਤਨਖਾਹ ਵੀ ਦੇਣਗੇ ਅਤੇ ਜਿਹੜਾ ਤੁਹਾਡਾ ਲਾਇਸੈਂਸ ਡੀ ਲਾਇਸੈਂਸ ਆ ਜੋ ਬੱਸ ਚਲਾਉਣ ਨੂੰ ਚਾਹੀਦਾ ਉਹ ਵੀ ਕਰਾ ਕੇ ਦੇਣਗੇ ਚੀਕੂ ਜੀ ਪਰਸੋਨੇ ਵੀ ਕਰਨਗੇ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ ਬਸ ਤੁਸੀਂ ਕੀ ਕਰਨਾ ਉਹਨਾਂ ਦੇ ਕੋਲ ਟੀਪੀਐਲ ਵਾਲੇ ਜਿਹੜੇ ਰੋਮਾਂ ਦੇ ਵਿੱਚ ਆ ਉਹਨਾਂ ਦੇ ਕੋਲ ਜਾਣਾ ਅਤੇ ਉਹੀ ਜਿਹੜਾ ਤੁਹਾਨੂੰ ਸਾਰਾ ਕੁਝ ਕੰਮ ਕਰਕੇ ਦੇਣਗੇ ਉਸ ਤੋਂ ਬਾਅਦ ਲਾਇਸੈਂਸ ਉੱਤੇ ਕਾਫੀ ਜਿਹੇ ਅਸੀਂ ਦੇਖੀਏ ਗੱਲਾਂ ਆndੀਆਂ ਜੀ ਪਵੀਆਂ ਦੇ ਵਿੱਚ ਇੱਕ ਬੰਦਾ ਪਵੀਆਂ ਦੇ ਵਿੱਚ ਇੱਕ ਬੰਦਾ ਵੈਸੇ ਏਜੀਪਟ ਦਾ ਬੰਦਾ ਜਾਂਦਾ ਆ ਕੀ ਕਰਨ ਜਾਂਦਾ ਪੇਪਰ ਪਾਣ ਜਾਂਦਾ ਮੋਟੋਰਾਈਜ਼ਡ ਸਿਵਿਲੇ ਦੇ ਵਿੱਚ ਪੇਪਰ ਪੈਂਦੇ ਉੱਥੇ ਜਾਂਦਾ ਅਤੇ ਉੱਥੇ ਕੰਨ ਦੇ ਵਿੱਚ ਛੋਟਾ ਜਿਹੜਾ ਬੱਗ ਸੀਗਾ ਤਾਂ ਨੇ ਛੋਟਾ ਲਾਇਆ ਹੁੰਦਾ ਨੇ ਇੱਕ ਤੇ ਤਾਂ ਜੋ ਦੂਰ ਬੈਠੇ ਉਹਨੂੰ ਸੁਣ ਸਕੇ ਸਵਾਲ ਕਿਹੜਾ ਉਹਦਾ ਜਵਾਬ ਜਿਹੜਾ ਸੁਣ ਸਕੇ ਉਹ ਕੰਨ ਦੇ ਵਿੱਚ ਫਸ ਜਾਂਦਾ ਤੇ ਇਹ ਉਹਦੇ ਵਿੱਚੋਂ ਤਾਂ ਫੇਲ ਹੋਏ ਹੋਏ ਇਹਦੇ ਸਿਰ ਕੇਸ ਧੋਕੇ ਥੜੀ ਦਾ ਜਿਹੜਾ ਹੋਣਾ ਹੋਣਾ ਪਰ ਇਸ ਨੂੰ ਹਸਪੀਟਲ ਦੇ ਵਿੱਚ ਵੀ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਅਗਲਾ ਅਪਡੇਟ ਸਾਡਾ ਆ ਰਿਹਾ ਜੀ ਫੌਜਾਂ ਦੇ ਵਿੱਚ ਬੰਦੇ ਫੜੇ ਗਏ ਨੇ ਦੱਸਿਆ ਜਾ ਰਿਹਾ ਕਿ ਫੌਜਾਂ ਦੇ ਵਿੱਚ ਕੰਮ ਜਿਹੜੇ ਖੇਤਾਂ ਦੇ ਵਿੱਚ ਕਰਦੇ ਆ ਕਾਪੂਰ ਹਾਤ ਉਹਦੇ ਬੰਦੇ ਫੜੇ ਗਏ ਉਹਨਾਂ ਨੂੰ ਤਕਰੀਬਨ 4 ਐਰੋ ਕਹਿੰਟੀ ਦਾ ਮਰ ਰਿਹਾ ਸੀ ਆਈਡੀਏ ਦੇ ਨਾਲ ਦੱਸਿਆ ਜਾ ਰਿਹਾ ਕੀ ਹੈ ਜੀ ਕਿ ਇਹ ਜਿਹੜਾ ਸਮਾਨ ਉੱਥੇ ਜੋ ਵੀ ਸਮਾਨ ਸਗਰ ਜਿਹੜਾ ਅਸੀਂ ਫਰਜ਼ ਕਰੋ ਟਮਾਟਰ ਨੇ ਜਾਂ ਕੋਈ ਹੋਰ ਕੋਈ ਜਕੀਨੀਆਂ ਨੇ ਜਿਹੜਾ ਵੀ ਸਮਾਨ ਤੋੜਦੇ ਸੀ ਉਹਨਾਂ ਦੇ ਕਸੇਤੇ ਭਰਦੇ ਸੀ ਤੇ ਜਿਹੜਾ ਹਰ ਇੱਕ ਕਸੇਤਾ ਭਰਿਆ ਜਾਂਦਾ ਹੈ ਕਸੋਂ ਨੇ ਜਿਹੜਾ ਵੱਡਾ ਹੁੰਦਾ ਟਮਾਟਰਾਂ ਦਾ ਉਹਨਾਂ ਨੂੰ 3 ਅਰੋ ਤੇ 70% ਤੋਂ ਲੈ ਕੇ 4 ਅਰੋ ਤੱਕ ਇੱਕ ਕਸੇਤੇ ਜਿਹੜਾ ਵੱਡਾ ਹੁੰਦਾ ਉਹਦੇ ਮਿਲਦੇ ਸੀ ਦਿਨ ਦੇ ਵਿੱਚ ਜਿੰਨੇ ਭਰ ਲਏ ਉਹਨਾਂ ਨੂੰ ਉਨੇ ਪੈਸੇ ਮਿਲਨੇ ਹਰ ਰੋਜ਼ 11 ਘੰਟੇ ਕੰਮ ਕਰਦੇ ਸੀ ਤੇ ਤਕਰੀਬਨ ਤਕਰੀਬਨ 3 3.5 ਏਰੋ ਤੋਂ ਲੈ ਕੇ 4 ਏਰੋ ਦੇ ਵਿੱਚ ਵਿੱਚ ਬੰਦਿਆਂ ਨੂੰ ਪੈਸੇ ਮਿਲਦੇ ਸੀ ਜਿਹੜੇ ਬੰਦੇ ਸਭ ਤੋਂ ਜ਼ਿਆਦਾ ਤੇਜ਼ ਕਰਦੇ ਇਹਨਾਂ ਦੇ ਵਿੱਚ 4 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਖੇਤਾਂ ਦੇ ਵਿੱਚ ਜਿੰਨੇ ਵੀ ਕੰਮ ਕਰ ਰਹੇ ਇਹਨਾਂ ਦੇ ਵਿੱਚ ਬਹੁਤ ਛਾਪੇ ਪੈ ਰਹੇ ਤੇ ਹਰ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਅੱਜ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇਟਲੀ ਦੇ ਬਿਹਤਰ ਅਪਡੇਟ ਦੀ 13 ਨਵੰਬਰ ਦਿਨ ਐਤਵਾਰ ਨੂੰ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਟਲੀ ਦਾ ਜਿਹੜਾ ਸੈਂਟਰ ਦਾ ਹਿੱਸਾ ਹੈ ਉਹਦੇ ਵਿੱਚ ਥੋੜਾ ਜਿਹਾ ਮੀਂਹ ਪੈਣ ਦਾ ਸ਼ੱਕ ਵੋ ਇਸ ਟਾਈਮ ਜੈਲੋ ਅਸੀਂ ਕਹਿ ਸਕਦੇ ਹਾਂ ਪੀਲੇ ਰੰਗ ਦਾ ਅਲਰਟ ਜਾਰੀ ਕੀਤਾ ਹੈ ਸੈਂਟਰ ਤੋਂ ਲੈ ਕੇ ਅਸੀਂ ਥੱਲੇ ਨੂੰ ਜਾਂਦੇ ਹਾਂ ਉਹਦੇ ਵਿੱਚ ਜ਼ਿਆਦਾ ਖਤਰਾ ਜਿਹਦਾ ਮੋਲੀਜ਼ੇ ਪੂਲੀਆ ਸਿਚੀਲਿਆ ਕਲਾਬਰੀਆ ਬਰੂਸ ਇਹਨਾਂ ਦੇ ਵਿੱਚ ਜਿਹੜਾ ਮੀਂਹ ਨੇਰੀ ਤੂਫਾਨ ਆ ਸਕਦਾ ਹੈ ਜੀ ਆਪਣੇ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਆਪਣਾ ਅਗਲਾ ਅਪਡੇਟ ਆ ਰਿਹਾ ਜੀ ਇੱਕ ਬੰਦਾ ਬੋਲੋਨੀਆ ਦਾ ਜੋ ਕੰਮ ਆਪਣਾ ਗੱਡੀ ਚਲਾ ਰਿਹਾ ਸੀਗਾ ਗੱਡੀ ਚ ਲਾ ਰਿਆ ਸੀਗਾ ਬਲੋਨੀਆ ਦਾ ਬੰਦਾ ਸੀ ਉਹ ਕੀ ਕਰਦਾ ਉਹਦੇ ਕੋਲ ਲਾਇਸੈਂਸ ਨਹੀਂ ਸੀਗਾ ਲਾਇਸੈਂਸ ਨਹੀਂ ਸੀਗਾ ਰਸਤੇ ਦੇ ਵਿੱਚ ਪੁਲਿਸ ਨੂੰ ਰੋਕ ਦਿਆ ਨਾਰਮਲ ਅਚਾਨਕ ਜਿੱਦਾਂ ਹੀ ਰੋਕ ਦਿਆ ਤੇ ਜਦੋਂ ਪੁਲਿਸ ਰੋਕਦੇ ਆ ਕਹਿੰਦੇ ਲਾਇਸੈਂਸ ਕਿਤੇ ਤੇ ਉਹ ਕਹਿੰਦਾ ਜੀ ਮੇਰੇ ਕੋਲ ਇਸ ਟਾਈਮ ओरिजिनल ਨਹੀਂ ਹੈਗਾ ਮੇਰੇ ਕੋਲ ਫੋਨ ਦੇ ਵਿੱਚ ਉਹ ਕਹਿੰਦੇ ਕੋਈ ਗੱਲ ਨਹੀਂ ਆਪਣਾ ਫੋਨ ਦੇ ਵਿੱਚ ਲਾਇਸੈਂਸ ਦਾ ਫੋਨ ਦੇ ਵਿੱਚ ਕੱਢ ਰਿਆ ਜਿੱਦਾਂ ਫੋਨ ਉਹ ਫਰੋ ਰਿਆ ਸੀ ਤੇ ਫੋਨ ਦੇ ਵਿੱਚ ਅਸੀਂ ਕਹਿੰਨੇ ਆ ਕਿ ਪੰਗ ਦੀਆਂ ਫੋਟੋਆਂ ਲੱਗੀਆਂ ਕਿ ਉਹਦੇ ਫੋਨ ਦੇ ਵਿੱਚ ਸਗੀਆਂ ਫੋਟੋਆਂ ਜਿਹਦੇ ਵਿੱਚ ਭੰਗ ਸਗੀਆਂ ਉਹ ਵੀ ਕਾਫੀ ਤਾਦਾਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ 22 ਸਾਲ ਦੇ ਮੁੰਡੇ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਦਿਨ 10 ਨਵੰਬਰ ਰਾਤ ਦੀ ਗੱਲ ਹੈ ਪੁਲਿਸ ਨੇ ਜਦੋਂ ਪੁੱਛਿਆ ਕਿ ਜਿਹੜੀਆਂ ਫੋਟੋਆਂ ਕਿੱਥੋਂ ਆਈਆਂ ਤੇ ਬਾਅਦ ਵਿੱਚ ਇਹ ਜਿਹੜੀਆਂ ਸੈਲਫੀਆਂ ਲਈਆਂ ਹੋਈਆਂ ਸੀ ਇਸ 22 ਸਾਲ ਦੇ ਮੁੰਡੇ ਨੇ ਇਹਦਾ ਕੰਮ ਭੰਗ ਵੇਚਣ ਦਾ ਵਸਗਾ ਉਸ ਤੋਂ ਬਾਅਦ ਇਹ ਵੀ ਚੀਜ਼ ਪਤਾ ਲੱਗੀ ਕਿ ਇਸ ਬੰਦੇ ਦੇ ਕੋਲ ਲਾਇਸੈਂਸ ਹੀ ਨਹੀਂ ਆ ਗੱਡੀ ਜ਼ਬਤ ਕੀਤੀ ਜੁਰਮਾਨਾ ਹੋਇਆ ਭੰਗ ਵਾਲਾ ਫ੍ਰੀ ਦੇ ਵਿੱਚ ਜੇਕਰ ਕੋਈ ਬੰਦਾ ਪੁੱਠੇ ਕੰਮ ਕਰਦਾ ਹੋਵੇ ਤਾਂ ਆਪਣੇ ਇਦਾਂ ਦੀਆਂ ਟੌਰ ਮਾਰਨ ਦੇ ਲਈ ਸੈਲਫੀਆਂ ਨਾ ਖਿੱਚੋ ਉਸ ਤੋਂ ਬਾਅਦ ਆਪਣਾ ਅਗਲਾ ਅਪਡੇਟ ਆ ਰਿਹਾ ਜੀ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੀਨਵਾ ਪਲੇਅਰਮ ਤੋਂ ਇੱਕ ਕਰੂਜ਼ ਚੱਲਿਆ ਚੱਲਿਆ ਸੀ ਕਰੋਸ਼ੇਰੇ ਵਾਲੇ ਜਿਹੜੇ ਆ ਉਹਦੇ ਵਿੱਚ ਇੱਕ ਕੁੜੀ ਗਾਇਬ ਹੋ ਗਈ ਆ ਹੁਣ ਇਹ ਜਿਹੜੀ ਕੁੜੀ ਗਾਇਬ ਹੋਈ ਆ ਜੀ ਦੱਸਿਆ ਇਹ ਜਾ ਰਿਹਾ ਕਿ ਉਸਦੇ ਲਾਸਟਲੇ ਮੈਸੇਜ ਦੇ ਵਿੱਚ ਇਹ ਲਿਖਿਆ ਸਿਕਾ ਇੱਕ ਦੋਸਤ ਨੂੰ ਕਿ ਅਲਵਿਦਾ ਲਿਖਿਆ ਸਿਕਾ ਹੁਣ ਇਸ ਟਾਈਮ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਕਿ ਕੁੜੀ ਇਦਾਂ ਕਿਦਾਂ ਗਾਇਬ ਹੋ ਸਕਦੀ ਹੈ ਇਥੇ ਇਹ ਗੱਲ ਆ ਰਹੀ ਹੈ ਕਿ ਸ਼ਾਇਦ ਉਸਨੇ ਆਪਣੇ ਆਪ ਦਾ ਕਤਲ ਕਰ ਲਿਆ ਉਸਨੇ ਆਪਣੇ ਆਪ ਨੂੰ ਹੀ ਮਾਰ ਲਿਆ ਹੋਗਾ ਆਪਣਾ ਅਗਲਾ ਅਪਡੇਟ ਆ ਰਿਹਾ ਜੀ ਇੱਕ ਬੰਦਾ ਜੋ ਸ਼ਰਾਬ ਦੀ ਹਾਲਤ ਦੇ ਵਿੱਚ ਗੱਡੀ ਚਲਾਦਾ ਤੇ ਸਿਮਾਫਰ ਰੋਸੋ ਹੁੰਦੀ ਹੈ ਸਿਮਾਫਰ ਰੋਸੋ ਹੋਣ ਤੇ ਉਹ ਬੰਦਾ ਸੌ ਜਾਂਦਾ ਸ਼ਰਾਬ ਦੀ ਹਾਲਤ ਦੇ ਵਿੱਚ ਹੁੰਦਾ ਉਸ ਨੂੰ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਜਗ੍ਹਾ ਤੇ ਰੈੱਡ ਲਾਈਟ ਹੁੰਦੀ ਆ ਉਸ ਤੋਂ ਇੱਕ ਗੱਡੀ ਛੱਡ ਕੇ ਪਿੱਛੇ ਪੁਲਿਸ ਵਾਲਿਆਂ ਦੀ ਗੱਡੀ ਹੁੰਦੀ ਜੋ ਕਿ ਨਾਰਮਲ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਤੇ ਜਦੋਂ ਦੇਖਦੇ ਆ ਵੀ ਲਾਲ ਲਾਈਟ ਤੋਂ ਹਰੀ ਲਾਈਟ ਹੋ ਜਾਂਦੀ ਏ ਸਭ ਤੋਂ ਪਹਿਲੇ ਨੰਬਰ ਵਾਲੀ ਗੱਡੀ ਤੁਰਦੀ ਨਹੀਂ ਉਹ ਬਾਹਰ ਨਿਕਲ ਕੇ ਆ ਕੇ ਚੈੱਕ ਕਰਦੇ ਕੋਈ ਸ਼ਾਇਦ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਦੋਂ ਦੇਖਦੇ ਆ ਬੰਦਾ ਸੁੱਤਾ ਪਿਆ ਹੁੰਦਾ ਉਹਨੂੰ ਜਗਾਉਂਦੇ ਤਾਂ ਇਹ ਪਤਾ ਲੱਗਦਾ ਫੂਕ ਮਾਰ ਕੇ ਦੇਖਦੇ ਉਸ ਬੰਦੇ ਨੇ ਸ਼ਰਾਬ ਪੀਤੀ ਆ ਸ਼ਰਾਬ ਤੋਂ ਬਾਅਦ ਇਹ ਪਤਾ ਲੱਗਦਾ ਕਿ ਉਸ ਬੰਦੇ ਕੋਲ ਲਾਇਸੈਂਸ ਨਹੀਂ ਹੈ ਦੋਸਤੋ ਬਾਅਦ ਇਹ ਵੀ ਪਤਾ ਲੱਗਦਾ ਕਿ ਉਸ ਬੰਦੇ ਕੋ ਜਿਹੜਾ ਲਾਇਸੈਂਸ ਆ ਉਸ ਦੇ ਜਿਹੜਾ ਮਾਲਕ ਆ ਉਸ ਨੇ ਦਿੱਤਾ ਹੁਣ ਇਹਨਾਂ ਦੋਹਾਂ ਬੰਦਿਆਂ 'ਤੇ ਕੇਸ ਹੋਇਆ ਇਸ ਸਰ ਕੇਸ ਹੋਇਆ ਕਿ ਸ਼ਰਾਬ ਦੀ ਹਾਲਤ ਦੇ ਵਿੱਚ ਗੱਡੀ ਚਲਾਈ ਉਹ ਵੀ ਬਿਨਾਂ ਲਾਇਸੈਂਸ ਤੋਂ ਤੇ ਉਹਦੇ ਮਾਲਕ 'ਤੇ ਕੇਸ ਇਹ ਹੋਇਆ ਕਿ ਉਹਨੇ ਆਪਣਾ ਲਾਇਸੈਂਸ ਕਿਸੇ ਹੋਰ ਬੰਦੇ ਨੂੰ ਦਿੱਤਾ ਕਿ ਤੂੰ ਬਈ ਗੱਡੀ ਚਲਾ ਸਕਦਾ ਇਸ ਕਰਕੇ ਜੇਕਰ ਤੁਸੀਂ ਕਿਸੇ ਵੀ ਪਾਸੇ ਜਾਣਾ ਤੇ ਤੁਸੀਂ ਆਪਣਾ ਲਾਈਸੈਂਸ ਕਿਸੇ ਹੋਰ ਬੰਦੇ ਨੂੰ ਦਵੋਗੇ ਫਰਜ਼ ਕਰੋ ਰਸਤੇ ਦੇ ਵਿੱਚ ਉਹ ਬੰਦਾ ਫੜ ਹੋ ਜਾਂਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਜਿਹੜਾ ਤੁਹਾਨੂੰ ਵੀ ਜੁਰਮਾਨਾ ਹੋ ਸਕਦਾ ਉਹਨੂੰ ਤਾਂ ਜਿਹੜਾ ਹੋਣਾ ਹੀ ਹੋਣਾ ਤੁਹਾਨੂੰ ਵੀ ਜੁਰਮਾਨਾ ਹੋਣਾ ਹੈ ਕਿ ਤੁਸੀਂ ਆਪਣਾ ਲਾਈਸੈਂਸ ਕਿਸੇ ਹੋਰ ਬੰਦੇ ਨੂੰ ਕਿਉਂ ਦਿੱਤਾ ਕਿਉਂਕਿ ਉਹ ਸ਼ਰੇਆਮ ਸਰਕਾਰ ਦੇ ਨਾਲ ਧੋਖਾ ਕਰਨ ਦੀ ਗੱਲ ਹੈ ਹਾਂਜੀ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਪਰ ਤੁਸੀਂ ਵੀ ਨਾਲ ਬੈਠੇ ਹੋ ਬੰਦਾ ਤੁਹਾਡੀ ਜਗ੍ਹਾ ਕੋਈ ਹੋਰ ਚਲਾ ਰਿਹਾ ਤੇ ਤੁਸੀਂ ਲਾਈਸੈਂਸ ਆਪਣਾ ਦਿਖਾਦੇ ਉਸ ਸਿਚੁਏਸ਼ਨ 'ਚ ਵੀ ਜੁਰਮਾਨਾ ਹੋਣਾ ਪਰ ਉਹ ਇੰਨਾ ਤੁਹਾਡਾ ਪੈਨਾਲੇ ਨਹੀਂ ਜਾਣਾ ਤੁਹਾਡੇ ਕੇਸ ਤੱਕ ਜਿਹੜੀ ਆ ਗੱਲ ਨਹੀਂ ਪਹੁੰਚਣੀ ਅਤੇ ਉਸ ਤੋਂ ਬਾਅਦ ਸਮਨ ਬਾਸ ਜੋ ਇਟਲੀ ਦੇ ਵਿੱਚ ਬਹੁਤ ਨਾਮ ਚਰਚਾ ਦੇ ਵਿੱਚ ਰਿਹਾ ਕਿਉਂਕਿ ਇਟਲੀ ਦਾ ਜਿੰਨਾ ਵੀ মিডিਆ ਉਹਨਾਂ ਨੇ ਇਹੀ ਦੱਸਿਆ ਕਿ ਜਿਹੜੇ ਇਸ ਦੇ ਕਰਦੇ ਨੇ ਇਸ ਦੇ ਜਿਹੜੇ ਪੈਰੈਂਟਸ ਨੇ ਉਹਨਾਂ ਨੇ ਹੀ ਇਸ ਬੱਚੀ ਦਾ ਕਤਲ ਕੀਤਾ ਉਸ ਨੂੰ ਉਸ ਨੂੰ ਇਹਨਾਂ ਨੇ ਆਪਣੇ ਬੈਲਾ ਕੈਦ ਵਿੱਚ ਵੀ ਰੱਖਿਆ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇਟਲੀ ਦੀ ਜਿਹੜੀ ਇਟਲੀ ਵੱਲੋਂ ਜਿਹੜੀ ਇਹਨਾਂ ਦੀ ਇਨਕੁਆਰੀ ਗਈ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਹਾ ਕਿ ਜਿਹੜੇ ਇਸ ਬੱਚੀ ਦੇ ਫੈਮਿਲੀ ਪਾਕਿਸਤਾਨ ਦੇ ਵਿੱਚ ਉਸ ਨੂੰ ਇਟਲੀ ਦੇ ਵਿੱਚ ਵਾਪਸ ਭੇਜਿਆ ਜਾਊਗਾ ਫਰਵਰੀ 2023 ਦੇ ਵਿੱਚ ਇਹਨਾਂ ਦੇ ਸਿਰ ਇਨਕੁਆਰੀ ਸ਼ੁਰੂ ਹੋਣੀ ਹੈ ਇਸ ਟਾਈਮ ਇਟਲੀ ਦਾ ਜਿੰਨਾ ਵੀ ਮੀਡੀਆ ਜਾਂ ਫਿਰ ਇਹਨਾਂ ਕੋਲ ਜਿੰਨੇ ਪ੍ਰੂਫ ਆ ਇਹਨਾਂ ਦੇ ਹਿਸਾਬ ਦੇ ਨਾਲ ਉਸ ਬੱਚੀ ਦਾ ਕਤਲ ਉਹਨਾਂ ਦੇ ਫੈਮਿਲੀ ਮੈਂਬਰ ਨੇ ਹੀ ਰਲ ਕੇ ਕੀਤਾ ਬਾਕੀ ਜਦੋਂ ਫੈਸਲਾ ਜੱਜ ਸੁਣਾ ਦਾ ਉਸ ਤੋਂ ਬਾਅਦ ਹੀ ਪਤਾ ਲੱਗਣਾ ਇਹਨਾਂ ਦੀ ਫੈਮਿਲੀ ਦੇ ਜਦੋਂ ਪੱਖ ਸੁਣਿਆ ਜਾਣਾ ਫਿਰ ਹੀ ਪਤਾ ਲੱਗਣਾ ਹੈ ਕਿ 10 ਫਰਵਰੀ ਤੋਂ ਬਾਅਦ ਅਸਲ ਦੇ ਵਿੱਚ ਕਹਾਣੀ ਕੀ ਹੈ ਜੀ ਇਹ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੋਂ ਹਿਕਲੂ ਸਿੰਘ ਨਾਲ ਜੀ ਵਾਏਗੁਰੂ ਜੀ ਦਾ ਖਾਲਸਾ ਵਾਏਗੁਰੂ ਜੀ ਕੀ ਫਤਿਹ